ਜਿਹੜਾ ਮਤਲਬ ਇੱਕ 4 ਫੁੱਟ ਦਾ ਬੰਦਾ ਹੈ ਨਾ, ਉਹ ਵੀ ਜਾ ਕੇ 6-6.5 ਫੁੱਟ ਵਾਲੇ ਬੰਦੇ ਦੇ ਯਾਰ ਵਿੱਚ ਵੱਜਦਾ ਵੀ ਇੱਕ ਅਸਲੇ ਦੇ ਸਿਰ 'ਤੇ ਹੈ ਨਾ। ਸੋ ਹੈਲੋ ਬਈ ਮੁੰਡਿਓ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ? ਬਈ ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਿਐਕਟ ਕਰ ਰਹੇ ਹਾਂ ਰਿਹਾ ਦੌਰ ਸੌਂਗ 'ਤੇ, ਜੋ ਕਿ ਬਈ ਜਸਕਰਨ ਰਿਆੜ ਬਾਈ ਦਾ। ਅਤੇ ਜਸਕਰਨ ਰਿਆੜ ਬਾਈ ਨੇ ਮਤਲਬ SYL ਦੀ ਵੀ ਨਾਲ ਫੋਟੋ ਲਾਈ ਆ, ਅਤੇ ਪਤਾ ਨਹੀਂ ਕਿਉਂ ਲਾਈ ਆ, ਅਤੇ ਦੇਖਾਂਗੇ ਬਈ ਗਾਣਾ ਸੁਣੇ ਤੋਂ ਪਤਾ ਲੱਗੂਗਾ। ਅਤੇ ਬਾਕੀ ਬਈ ਯਾਰ ਜਸਕਰਨ ਰਿਆੜ ਬਾਈ ਨੇ ਕੰਪੋਜ਼ ਵੀ ਕੀਤਾ, ਲਿਰਿਕਸ ਵੀ ਜਸਕਰਨ ਰਿਆੜ ਬਾਈ ਦੇ ਆ, ਸਿੰਗਰ ਵੀ ਬਾਈ ਆ ਆਪਾਂ ਹੈ ਨਾ। ਅਤੇ ਮਿਊਜ਼ਿਕ ਹੈਗਾ ਅਰਬਨ ਰੂਲਰਸ ਦਾ। ਅਤੇ ਵੀਡੀਓ ਕੁਛ ਨਹੀਂ ਦੱਸਿਆ, DOP ਕੁਛ ਨਹੀਂ ਦੱਸਿਆ। ਅਤੇ ਚਲੋ ਛੱਡੋ ਇਹਨਾਂ ਗੱਲਾਂ ਨੂੰ ਬਾਈ, ਬਿਨਾਂ ਟਾਈਮ ਖਰਾਬ ਕੀਤੇ ਸਟਾਰਟ ਕਰਦੇ ਹਾਂ ਅੱਜ ਦੀ ਇਹ ਵੀਡੀਓ। ਨਾ ਲੋੜ ਕਹਿੰਦਾ ਡੰਡ 'ਤੇ, ਨਾ ਦੌੜ ਦੀ ਹੈ ਅਤੇ ਨਾ ਜ਼ੋਰ ਦੀ ਲੋੜ ਆ, ਅਤੇ ਬਸ ਜਿਹਨੇ ਮਾਲ ਛਕਿਆ ਵਾ ਅਤੇ ਡੱਬ 'ਚ ਪਿਸਟਲ ਰੱਖਿਆ ਵਾਗਾ। ਅੱਗੇ ਦੇਖਦੇ ਹਾਂ ਕੀ ਕਹਿੰਦਾ। ਆਈ ਬਾਂਦਰ ਦੇ ਹੱਥ ਦੀ ਲੀ ਨਹੀਂ ਕੋਈ ਫਰਕ ਨਹੀਂ ਸ਼ੇਰ ਦੇ ਕੁੱਤੀ ਦਾ, ਹੁਣ ਪਿੱਤਲ ਦਾ ਆ ਦੌਰ ਕੁੜੇ ਪਹਿਲਾਂ ਚੱਲਦਾ ਹੁੰਦਾ ਸੀ ਯੁੱਤੀ ਦਾ। ਕਿਆ ਬਾਤ ਆ ਬਾਈ, ਕਿਆ ਹੀ ਬਾਤ ਆ, ਬਹੁਤ ਵੱਡੀ ਗੱਲ ਕਹੀ ਆ ਬਾਈ ਬੰਦੇ ਨੇ ਯਾਰ ਗਾਣੇ ਦੇ ਵਿੱਚ ਹੈ ਨਾ। ਕਹਿੰਦਾ ਹੁਣ ਪਿੱਤਲ ਦਾ ਦੌਰ ਹੈਗਾ, ਕਹਿੰਦਾ ਪਹਿਲਾਂ ਜੁੱਤੀ ਦਾ ਹੁੰਦਾ ਸੀਗਾ ਹੈ ਨਾ, ਅੱਜ ਕੱਲ੍ਹ ਜਿਹਦੇ ਕੋਲ ਪਿਸਤੌਲ ਆ, ਜਿਹਦੇ ਕੋਲ ਮਤਲਬ ਪਿੱਤਲ ਹੈਗਾ ਹੈ ਨਾ, ਅਤੇ ਉਹਦਾ ਦੌਰ ਹੈਗਾ ਵੀ ਅੱਜ ਕੱਲ੍ਹ ਹੈ ਨਾ। ਅਤੇ ਗੱਲ ਵੀ ਸਹੀ ਆ ਬਾਈ, ਅਤੇ ਬਾਈ ਨੇ ਪਹਿਲੀਆਂ ਲੈਣਾਂ ਦੇ ਵਿੱਚ ਹੀ ਕਿਹਾ ਸੀਗਾ ਹੈ ਨਾ ਵੀ ਨਾ ਦੌੜ ਦੀ ਲੋੜ ਆ, ਨਾ ਜ਼ੋਰ ਦੀ ਲੋੜ ਆ, ਹੈ ਨਾ, ਕਾਹਦੇ ਦੀ ਲੋੜ ਨਹੀਂ ਹੈਗੀ ਕਿ ਬਸ ਪਿਸਟਲ ਦੀ, ਅਤੇ ਬੰਦਾ ਨਸ਼ੇ ਨਾਲ ਨਾ ਹੋਇਆ ਹੋਵੇ, ਅਤੇ ਬਸ ਉਹਦਾ ਹੀ ਟਾਈਮ ਅੱਜ ਕੱਲ੍ਹ। ਅਤੇ ਗੱਲ ਬਿਲਕੁਲ ਸਹੀ ਆ ਬਾਈ ਯਾਰ, 6-6.5 ਫੁੱਟ ਦੇ ਯਾਰ ਮਤਲਬ ਐਡੇ ਚੌੜੇ ਜਵਾਨਾਂ ਨੂੰ ਹੈ ਨਾ, ਅਤੇ ਮਤਲਬ ਯਾਰ ਇੱਕ ਬੰਦਾ ਆ ਕੇ ਪਿਸਤੌਲ ਨਾ ਹੈ ਨਾ, ਜਿਹੜੇ ਬੰਦੇ ਨੂੰ, ਜਿਹੜਾ ਬੰਦੇ ਦਾ ਇੱਕ ਥੱਪੜ ਮਾਰੇ ਤੋਂ ਯਾਰ ਬੰਦਾ ਮਤਲਬ ਮਰਨ ਦੇ ਕਿਨਾਰੇ ਹੋ ਸਕਦਾ ਹੈ ਨਾ, ਇਹੋ ਜਿਹੀ ਸਿਹਤ ਵਾਲੇ ਬੰਦੇ ਹੈ ਨਾ, ਇੱਕ ਪਿਸਤੌਲ ਦੇ ਸਹਾਰੇ, ਇੱਕ ਪਿੱਤਲ ਦੇ ਸਹਾਰੇ, ਅਤੇ ਮਤਲਬ ਯਾਰ ਬੰਦੇ ਨੂੰ ਮਾਰ ਦਿੰਦੇ ਆ, ਅਤੇ ਯਾਰ ਕੋਈ ਯਾਰ ਮਤਲਬ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਯਾਰ ਬੰਦਿਆਂ ਵਾਲੀ ਗੱਲ ਨਹੀਂ ਹੈਗੀ ਯਾਰ, ਇਹ ਇਕੱਲੇ ਨਾ ਇਕੱਲਾ ਦੇਖੇ ਯਾਰ ਬੰਦੇ ਨੂੰ ਫਿਰ ਤਾਂ ਪਤਾ ਲੱਗੇ ਹੈ ਨਾ। ਮਤਲਬ ਪਹਿਲਾਂ ਕਹਿੰਦਾ ਬਾਈ ਕਹਿੰਦਾ ਵੀ ਜੁੱਤੀ ਦਾ ਦੌਰ ਸੀਗਾ ਹੈ ਨਾ, ਹੁਣ ਪਿੱਤਲ ਦਾ ਦੌਰ ਆ, ਅਤੇ ਇਹ ਗੱਲ ਵੀ ਬਿਲਕੁਲ ਸਹੀ ਆ ਬਾਈ। ਅੱਗੇ ਦੇਖਦੇ ਹਾਂ ਬਾਈ ਕੀ ਕਹਿੰਦਾ ਗਾਣੇ 'ਚ। ਪਹਿਲਾਂ ਸੰਤ ਬਣੀਏ ਤਾਂ ਫਿਰ ਪਤਾ ਲੱਗੂ ਵੀ ਕੀ ਰੋਲ ਹੁੰਦਾ ਇਸ ਸਿਪਾਹੀ ਦਾ। ਬਿਲਕੁਲ ਸਹੀ ਗੱਲ ਆ ਬਾਈ, ਮਤਲਬ ਜੇ ਬੰਦਾ ਸੰਤ ਬਣੂਗਾ ਹੈ ਨਾ, ਤਾਂ ਜਿਹੜਾ ਸਿਪਾਹੀ ਹੈਗਾ ਵੀ ਸਿਪਾਹੀ ਦਾ ਕੀ ਧਰਮ ਹੁੰਦਾ ਹੈ ਨਾ, ਹਥਿਆਰ ਚੱਕ ਕੇ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ ਨਾ, ਅਤੇ ਕੀ ਨਹੀਂ ਕਰਨਾ ਚਾਹੀਦਾ, ਉਹ ਬੰਦੇ ਨੂੰ ਫੇਰ ਹੀ ਪਤਾ ਲੱਗੂਗਾ। ਜੇ ਪਹਿਲਾਂ ਬੰਦਾ ਸੰਤ ਬਣੂਗਾ, ਪਹਿਲਾਂ ਗਿਆਨ ਹੋਊਗਾ ਬੰਦੇ ਨੂੰ ਹੈ ਨਾ, ਬੰਦੇ ਦਾ ਜਿਹੜਾ ਦਿਮਾਗ ਹੈਗਾ ਉਹੀ ਸਾਰਾ ਕੁਝ ਕਰਾਉਂਦਾ ਬੰਦੇ ਤੋਂ ਹੈ ਨਾ। ਅਤੇ ਮਤਲਬ ਹਥਿਆਰ ਮਾੜਾ ਨਹੀਂ ਕਹਿੰਦਾ ਵੀ, ਹਥਿਆਰ ਦਾ ਨਹੀਂ ਕੋਈ ਚੱਕਰ ਹੈਗਾ, ਪਰ ਜਿਹੜਾ ਹਥਿਆਰ ਦੇ ਪਿੱਛੇ ਦਿਮਾਗ ਹੈਗਾ, ਅਤੇ ਉਹ ਮਤਲਬ ਚੰਗਾ ਮਾੜਾ ਹੋ ਸਕਦਾ ਹੈਗਾ ਬਾਈ ਦੇ ਕਹਿਣ ਦੇ ਹਿਸਾਬ ਨਾਲ। ਕਿਆ ਬਾਤ ਆ ਬਾਈ, ਕਿਆ ਹੀ ਬਾਤ ਆ, ਕਿੱਡੀ ਵੱਡੀ ਉਦਾਹਰਨ ਦਿੱਤੀ ਆ ਤੁਸੀਂ ਹੁਣ ਦੇਖੋ। ਕਹਿੰਦਾ ਵੀ ਉਹ ਮਤਲਬ ਕਿੰਨਾ ਜਾਲ ਮਸਲਾ ਸੀਗਾ ਜਿਹਨੇ ਮਤਲਬ ਫੇਕ ਇਨਕਾਊਂਟਰ ਕੀਤੇ ਸੀਗੇ ਹੈ ਨਾ, 84 ਦੇ ਬਾਅਦ ਜਿੱਡੇ ਵੀ ਮਤਲਬ ਫੇਕ ਇਨਕਾਊਂਟਰ ਹੋਏ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਹੈ ਨਾ। ਅਤੇ ਕਹਿੰਦਾ ਵੀ ਉਹ ਕਿੰਨਾ ਜਾਲ ਮਸਲਾ ਸੀਗਾ ਜਿਹਨਾਂ ਨੇ ਫੇਕ ਇਨਕਾਊਂਟਰ ਕੀਤੇ ਹੈਗੇ, ਅਤੇ ਮਤਲਬ ਉਹ ਕਹਿੰਦਾ ਖੁਦਾ ਵਰਗਾ ਅਸਲਾ ਸੀਗਾ ਜਿਹੜਾ ਦਸਮ ਪਿਤਾ ਨੇ ਫੜਿਆ ਸੀਗਾ ਹੈ ਨਾ, ਅਤੇ ਮਜ਼ਲੂਮਾਂ ਦੀ ਰਾਖੀ ਲਈ, ਆਪਦੀ ਕੌਮ ਦੀ ਰਾਖੀ ਲਈ ਹੈ ਨਾ, ਆਪਦੇ ਧਰਮ ਦੀ ਰਾਖੀ ਲਈ, ਅਤੇ ਕਹਿੰਦਾ ਉਹ ਖੁਦਾ ਵਰਗਾ ਅਸਲਾ ਸੀਗਾ। ਕਿਆ ਬਾਤ ਆ ਬਾਈ, ਐਦੂ ਵੱਡੀ ਐਗਜ਼ਾਮਪਲ ਨਹੀਂ ਹੋ ਸਕਦੀ ਬਾਈ ਕੋਈ ਯਾਰ, ਜਿਹੜਾ ਬੰਦਾ ਸਮਝਣ ਵਾਲਾ ਉਹ ਸਮਝ ਸਕਦਾ ਇਹ ਗੱਲ ਨੂੰ ਹੈ ਨਾ, ਐਦੂ ਵੱਡੀ ਕੋਈ ਐਗਜ਼ਾਮਪਲ ਨਹੀਂ ਹੋ ਸਕਦੀ। ਅਤੇ ਬਹੁਤ ਵਧੀਆ ਯਾਰ, ਕਿਆ ਬਾਤ ਆ ਬਾਈ, ਅੱਗੇ ਦੇਖਦੇ ਹਾਂ। ਸਮਝਣੀ ਗੱਲ ਫੇਰ ਕਰਨੀ, ਬਿਨਾਂ ਸਮਝੇ ਤੋਂ ਨਹੀਂ ਸ਼ੇਰ ਕਰਨੀ, ਰਿਆੜ ਅੰਮ੍ਰਿਤ ਵੇਲਾ ਸਾਂਭਿਆ ਕਰ ਲੈ ਭਾਈ ਗੁਰੂ ਦਾ ਨਾਂ ਉੱਠੀ ਦਾ। ਹੁਣ ਪਿੱਤਲ ਦਾ ਆ ਦੌਰ ਕੁੜੇ ਪਹਿਲੇ ਚੱਲਦਾ ਹੁੰਦਾ ਸੀ ਯੁੱਤੀ ਦਾ, ਹੁਣ ਪਿੱਤਲ ਦਾ ਆ ਦੌਰ। ਕਹਿੰਦਾ ਪਰਮਾਤਮਾ ਦਾ ਨਾਂ ਲਿਆ ਕਰੋ, ਫੇਰ ਸਿੱਧੇ ਰਾਹ ਪਾਉਂਗੇ।
ਸਹੀ ਆ ਬਾਈ। ਪਹਿਲਾਂ ਚੱਲਦਾ ਹੁੰਦਾ ਸੀ ਯੁੱਤੀ ਦਾ, ਕਦੇ ਧਾਰ ਦਿੱਤਾ ਸੀ ਸਾਣ ਹੁੰਦਾ, ਹੁਣ ਦੇਣ ਵਾਲਾ ਮਾਰੇ ਤਰਲੇ ਨੀ ਅੱਜ। ਕਿਆ ਬਾਤ ਆ ਬਾਈ, ਕਿਆ ਬਾਤ ਆ ਬਾਈ, ਬਿਲਕੁਲ ਸਹੀ ਗੱਲ ਆ। ਕਹਿੰਦਾ ਵੀ ਕਦੇ ਕਿਸੇ ਟਾਈਮ 'ਤੇ ਜਦੋਂ ਕੋਈ ਧਾਰ ਦਿੰਦਾ ਸੀ ਕਿਸੇ ਨੂੰ, ਸਾਣ ਹੁੰਦਾ ਸੀਗਾ, ਲੋਕ ਮੰਨਦੇ ਸੀ ਬਾਈ ਇਹ ਬੰਦੇ ਨੇ ਆਪਣੇ ਔਖੇ ਟਾਈਮ 'ਤੇ ਮਦਦ ਕੀਤੀ ਸੀ, ਹੈ ਨਾ, ਅਤੇ ਲੋਕ ਮਤਲਬ ਯਾਰ ਬਾਅਦ 'ਚੋਂ ਅਹਿਸਾਨ ਮੰਨਦੇ ਸੀਗੇ ਬੰਦੇ ਦਾ, ਹੈ ਨਾ। ਅਤੇ ਹੁਣ ਬਸ, ਹੁਣ ਤਾਂ ਬਸ ਕਿਸੇ ਦੀ ਮਦਦ ਕਰਦੇ, ਕਿਸੇ ਨੂੰ 4 ਰੁਪਈਏ ਦੇ ਦੇ ਧਾਰੇ, ਬਾਅਦ 'ਚੋਂ ਮਗਰ ਮਗਰ ਭੱਜਾ ਫਿਰ ਉਹਦੇ ਵੀ, ਬਾਈ ਮੋੜ ਦੇ ਯਾਰ ਮੋੜ ਦੇ, ਹੈ ਨਾ। ਅਤੇ ਜਾਂ ਤਾਂ ਬਸ ਅੱਜ ਕੱਲ੍ਹ ਤਾਂ ਆਇਆ ਬਸ ਵੀ ਦੇ 'ਤੇ ਤਾਂ ਦਰਿਆ ਮੇਂ ਡਾਲ ਦੇ, ਬਸ ਸਹੀ ਆ ਬਾਈ। ਮਹਿੰਗੇ ਹੋ ਗਏ ਮਰਲੇ, ਪਹਿਲਾਂ ਪੱਗ ਵੱਟ ਸੀ ਵੀਰ ਹੁੰਦੇ ਨੀ, ਅੱਜ ਮਹਾਲ ਤੋਂ ਹੀ ਪੈ ਜੇ ਯਾਰੀ ਨੀ। ਬਦਮਾਸ਼ ਹੋਣਾ ਗੱਲ ਟੋਰਦੀ, ਅੱਜ ਜੋ ਪਹਿਲਾਂ ਹੁੰਦੀ ਸੀ ਮਾੜੀ। ਸਹੀ ਆ ਬਾਈ, ਬਿਲਕੁਲ ਸਹੀ, ਕਿਆ ਬਾਤ ਆ। ਕਹਿੰਦਾ ਜੋ ਮਤਲਬ ਪਹਿਲਾਂ ਪੁਰਾਣੇ ਟਾਈਮਾਂ 'ਚ, ਹੈ ਨਾ, ਕੋਈ ਬਦਮਾਸ਼ੀ ਕਰਦਾ ਹੁੰਦਾ ਜਾਂ ਕੋਈ ਵੈਲੀ ਹੁੰਦਾ ਸੀਗਾ, ਹੈ ਨਾ, ਤਾਂ ਲੋਕ ਉਹਨੂੰ ਚੰਗਾ ਨਹੀਂ ਸੀ ਸਮਝਦੇ, ਹੈ ਨਾ। ਉਹ ਵੀ ਇਹ ਗੱਲ ਮੰਨਦਾ ਹੁੰਦਾ ਸੀ ਵੀ ਯਾਰ ਕੀ ਜ਼ਿੰਦਗੀ ਹੈ ਯਾਰ ਮੇਰੀ, ਹੈ ਨਾ। ਅਤੇ ਅੱਜ ਕੱਲ੍ਹ ਕਹਿੰਦਾ ਟੌਰ ਦੀ ਗੱਲ ਹੈਗੀ ਇਹ, ਵੀ ਮੈਂ ਬਦਮਾਸ਼ ਹੈਗਾ ਅਤੇ ਮੇਰੀ ਬਹੁਤ ਮਤਲਬ ਮੇਰੇ ਲਈ ਫਕਰ ਦੀ ਗੱਲ ਆ, ਹੈ ਨਾ ਇਹ। ਅਤੇ ਪੁਰਾਣੇ ਟਾਈਮਾਂ 'ਚ ਨਹੀਂ ਸੀ ਐਂ ਹੁੰਦਾ, ਪੁਰਾਣੇ ਟਾਈਮਾਂ 'ਚ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀਗਾ ਵੀ ਯਾਰ ਇਹ ਬੰਦਾ ਸਹੀ ਨਹੀਂ ਹੈਗਾ, ਹੈ ਨਾ। ਅਤੇ ਕਿਆ ਬਾਤ ਆ, ਅੱਗੇ ਦੇਖਦੇ ਹਾਂ। ਕਿਆ ਬਾਤ ਆ ਬਾਈ, ਬਿਲਕੁਲ ਸਹੀ। ਕਹਿੰਦਾ ਵੀ ਅੱਜ ਕੱਲ੍ਹ ਫੇਸਬੁੱਕ ਆ ਜਿਹੜੀ ਉਹ ਯੂਨੀਵਰਸਿਟੀ ਆ, ਅਤੇ ਜਿਹੜੇ ਮੰਨ ਕੇ ਚੱਲ ਜਣਾ ਖਣਾ ਗਾ ਉਹ ਹਰੇਕ ਹੀ ਮਤਲਬ ਆਪਦਾ ਰਿਪੋਰਟਰ ਬਣਿਆ ਫਿਰਦਾ, ਹੈ ਨਾ, ਉਹਦੀ ਕੱਢ ਕੇ ਬਹਿ ਜਾਂਦੇ ਆ ਕੈਮਰਾ ਜਾ, ਅਤੇ ਮਤਲਬ ਕੋਈ ਮਰਦਾ ਹੋਵੇ ਭਾਵੇਂ ਉਹਨੂੰ ਚੱਕਣ ਦੀ ਬਜਾਏ ਪਹਿਲਾਂ ਵੀਡੀਓ ਬਣਾਉਣ ਲੱਗ ਜਾਣਗੇ। ਕਿਆ ਬਾਤ ਆ ਯਾਰ, ਬਹੁਤ ਸਹੀ ਗੱਲਾਂ ਕਹੀਆਂ ਗਈਆਂ ਯਾਰ ਗਾਣੇ ਦੇ ਵਿੱਚ। ਬਈ ਆ ਜਸਕਰਨ ਰਿਆੜ ਬਹੁਤ ਸੋਹਣਾ ਲਿਖਿਆ ਯਾਰ, ਕਿਆ ਬਾਤ ਆ। ਚਿੱਟਾ ਵੇਚ ਕੇ ਮਿਲਦੀ ਫਾਰ ਜੋ ਨਰ ਕੇਸ ਮਾਦਣ ਦੇ ਬਾਦਣ ਭੁੱਕੀ ਦਾ ਹੁਣ ਕੇਸ ਚਿੱਟਾ ਵੇਚ ਕੇ ਮਿਲਦੀ ਫੋਰਚੂਨਰ, ਇਹ ਕਿਸੇ ਬੰਦੇ ਨੂੰ ਮਤਲਬ ਪਾਰਟੀਕੁਲਰ ਬੰਦੇ ਨੂੰ ਕਿਹਾ ਯਾਰ, ਜੇ ਕਿਸੇ ਨੂੰ ਪਤਾ ਬਾਈ ਦੱਸਿਓ, ਠੀਕ ਆ, ਵੀ ਇਹਦੇ ਪਿੱਛੇ ਕੀ ਵਜ੍ਹਾ ਹੈਗੀ, ਜਾਂ ਮਤਲਬ ਵੈਸੇ ਹੀ ਕਿਹਾ ਗਾ ਬਾਈ ਨੇ, ਹੈ ਨਾ, ਜਾਂ ਅਤੇ ਕਹਿੰਦਾ ਵੀ ਕੇਸ ਮਹਾਤੜ 'ਤੇ ਪਾ ਦੇਣ ਭੁੱਕੀ ਦਾ, ਇਹ ਵੀ ਗੱਲ ਬਿਲਕੁਲ ਸਹੀ ਆ ਬਾਈ। ਅਤੇ ਮਾੜੇ ਬੰਦੇ 'ਤੇ ਬਸ ਭੁੱਕੀ ਦਾ ਕੇਸ ਵੀ ਪਾ ਦਿੰਦੇ ਹੈਗੇ, ਅਤੇ ਚੰਗੇ ਬੰਦੇ ਬਾਈ ਮਤਲਬ ਚਿੱਟਿਆਂ ਦੇ ਕਾਰੋਬਾਰ ਵੀ ਕਰੀ ਜਾਂਦੇ ਆ, ਅਤੇ ਉਹਨਾਂ ਨੂੰ ਮਤਲਬ ਕੋਈ ਪੁੱਛਦਾ ਦੱਸਦਾ ਨਹੀਂ, ਬਿਲਕੁਲ ਸੱਚ ਆ ਬਾਈ ਗੱਲਾਂ ਇਹ। ਐਸ ਵਾਈ ਐਲ ਵਾਲਾ ਬਾਈ ਟੱਪਾ, ਹਾਂ ਧਿਆਨ ਨਾਲ ਸੁਣਿਓ, ਪਤਾ ਨਹੀਂ ਇਹਦੇ ਵਿੱਚ ਕੀ ਹੋਊ ਖਾਸ। ਕਿਆ ਬਾਤ ਆ, ਕਿਆ ਹੀ ਬਾਤ ਆ ਬਾਈ, ਬਿਲਕੁਲ ਸਹੀ ਆ ਬਾਈ। ਅਤੇ ਮਤਲਬ ਯਾਰ ਇਹ ਲੜਾ ਰਹੇ ਆ ਬਾਈ, ਇਹ ਨਾ ਮਤਲਬ ਸਮਝੋ ਇਹ ਗੱਲ ਨੂੰ, ਠੀਕ ਆ, ਹਰਿਆਣੇ ਵਾਲੇ ਵੀ ਭਾਈ ਆਪਣੇ ਸਾਰਾ ਕੁਛ ਆ, ਅਤੇ ਪਰ ਗੱਲ ਇਹ ਆ ਵੀ ਜਿਹੜੀ ਪਾਣੀਆਂ ਦੀ ਗੱਲ ਨਾ ਬਾਈ, ਉਹ ਬੈਠ ਕੇ ਹੱਲ ਹੋ ਸਕਦਾ, ਉਹਦਾ ਕੋਈ ਬੜਾ ਵੱਡਾ ਮਸਲਾ ਨਹੀਂ ਹੈਗਾ। ਪੰਜਾਬ ਇਹ ਨਹੀਂ ਕਹਿੰਦਾ ਗਾ ਵੀ ਪਾਣੀ ਨਾ ਲਓ ਪਾਣੀ, ਪੰਜਾਬ ਕਹਿੰਦਾ ਵੀ ਫ੍ਰੀ ਪਾਣੀ ਨਹੀਂ ਦੇਣਾ, ਠੀਕ ਆ। ਅਤੇ ਇਸ ਕਰਕੇ ਬਾਈ ਸਮਝੋ ਇਹ ਚੀਜ਼ ਨੂੰ, ਅਤੇ ਹਰਿਆਣੇ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਚਾਹਵੇ ਤਾਂ ਮਿਲ ਕੇ ਹੱਲ ਹੋ ਸਕਦਾ, ਇਹਦਾ ਕੋਈ ਬੜਾ ਵੱਡਾ ਸਿਸਟਮ ਨਹੀਂ ਹੈਗਾ, ਪਰ ਹੱਲ ਕਰਨਾ ਨਹੀਂ ਚਾਹੁੰਦੇ ਜਿਹੜੀ ਗੱਲ ਆ। ਕਿਆ ਬਾਤ ਆ ਬਈ, ਆਹ ਸਮਝੋ ਗੱਲ ਨੂੰ। ਕਹਿੰਦਾ ਵੀ ਮਤਲਬ ਛੋਟੇ ਵੀਰੋ, ਕਹਿੰਦਾ ਤਾਨੇ ਨਾ ਮਾਰੋ ਸਾਨੂੰ, ਠੀਕ ਆ, ਆਪਾਂ ਕੱਲ੍ਹ ਹਜੇ ਜੱਫੀਆਂ ਪਾ ਕੇ ਹਟਿਆਂਗੇ, ਆਪਾਂ ਮਤਲਬ ਜਦੋਂ ਆਪਣਾ ਮੋਰਚਾ ਲੱਗਿਆ ਸੀ ਕਿਸਾਨੀ ਮੋਰਚਾ, ਹੈ ਨਾ, ਤਾਂ ਆਪਾਂ ਇੱਕ ਦੂਜੇ ਦਾ ਸਾਥ ਦਿੱਤਾ, ਹੈ ਨਾ, ਅਤੇ ਉਹ ਮਤਲਬ ਜਿਹੜੀ ਸਰਕਾਰ ਸੀ ਉਹਨਾਂ ਨੂੰ ਚੁੱਭ ਰਹੀਆਂ ਸੀਗੀਆਂ ਉਹ ਚੀਜ਼ਾਂ ਵੀ ਇਹ ਕਿਉਂ ਇਕੱਠੇ ਹੋ ਗਏ, ਹੈ ਨਾ। ਸੋ ਇਸ ਕਰਕੇ ਸਮਝੋ ਇਹਨਾਂ ਗੱਲਾਂ ਨੂੰ, ਅਤੇ ਇੱਕ ਦੂਜੇ ਨਾਲ ਨਾ ਲੜੋ, ਫਾਇਦਾ ਇਹਦਾ ਸਰਕਾਰ ਨੂੰ ਹੀ ਹੋਣਾ ਗਾ, ਹੋਰ ਆਪਾਂ ਨੂੰ ਇਹਦੇ 'ਚ ਕੁਛ ਨਹੀਂ ਮਿਲਣਾ। ਵਰਲਡ ਵਾਟਰ ਲਾ ਹੈ ਇਹਦੇ ਵਿੱਚ ਕੀ ਆ ਬਾਈ ਯਾਰ, ਇਹ ਵੀ ਜ਼ਰੂਰ ਦੱਸਿਓ। ਜਾਣੀ ਉਹਦਾ ਜਿਹੜਾ ਡੁੱਬਦਾ ਪਾਣੀ, ਜਦ ਵੱਧ ਆਵੇ ਸੋ ਕਿਤੇ ਵੀ ਹੁੰਦਾ ਪਾਣੀ ਉਹਦਾ। ਕਹਿੰਦਾ ਵੀ ਜਿਹੜਾ ਬੰਦਾ ਮਤਲਬ ਵਾਟਰ ਵਰਲਡ ਵਾਟਰ ਲਾਅ ਦੇ ਵਿੱਚ ਲਿਖਿਆ ਗਿਆ ਵੀ ਜਿਹੜਾ ਇਲਾਕਾ
ਜਦੋਂ ਮਤਲਬ ਪਾਣੀ ਵੱਧ ਆਉਂਦਾ ਉਦੋਂ ਜਿਹੜਾ ਇਲਾਕਾ ਡੁੱਬਦਾ ਗਾ ਹੈ ਨਾ, ਤਾਂ ਜਦੋਂ ਸੋਕਾ ਪੈਂਦਾ ਉਦੋਂ ਵੀ ਪਾਣੀ 'ਤੇ ਸਾਰਿਆਂ ਨੂੰ ਪਹਿਲਾ ਹੱਕ ਉਹਦਾ ਹੀ ਹੁੰਦਾ। ਸੋ ਇਹ ਵਰਲਡ ਦਾ ਵਾਟਰ ਲਾ ਗਾ, ਹੋਣਾ ਕੁਛ ਮਤਲਬ ਇਹਦੇ ਬਾਰੇ ਚੰਗੀ ਤਰ੍ਹਾਂ ਪੜ੍ਹ ਕੇ ਆਪਾਂ, ਅਤੇ ਹੋ ਸਕਦਾ ਅਗਲੀ ਵੀਡੀਓ 'ਚ ਦੱਸਾਂਗੇ ਹੈ ਨਾ ਡਿਟੇਲ ਦੇ ਵਿੱਚ ਇਹਦੇ ਬਾਰੇ ਵੀ। ਅਤੇ ਕਮੈਂਟ ਕਰਕੇ ਦੱਸੋ, ਆਪਾਂ ਬਾਈ ਮਤਲਬ ਇਹਦੇ 'ਤੇ ਸਪੈਸ਼ਲ ਵੀਡੀਓ ਵੀ ਬਣਾ ਦਾਂਗੇ ਇੱਕ, ਜੇ ਤੁਸੀਂ ਕਹੋਗੇ ਤਾਂ। ਅੱਗੇ ਦੇਖਦੇ ਹਾਂ ਬਾਈ। ਕਹਿੰਦੇ ਤਕੜਾਇਆ ਸਾਰੀ ਦੁਨੀਆ ਤੇ ਉਹਨੇ ਅੱਖ ਗੱਡੀ, ਫਿਰ ਜਾਜੇ ਉਡਾ ਕੇ ਕਿੱਦਾਂ ਕੋਈ ਵਾ ਟ੍ਰੇਡ ਤੇ ਹਮਲਾ ਕਰ ਜਾਂਦਾ। ਵਰਲਡ ਟ੍ਰੇਡ ਤੇ ਹਮਲਾ ਹਨ, ਟ੍ਰੇਡ ਸੈਂਟਰ ਤੇ ਹਮਲਾ ਹੋਇਆ ਸੀਗਾ ਜਿਹੜਾ, ਉਹਦੀ ਗੱਲ ਕਰ ਰਿਹਾ ਬਾਈ। ਕਹਿੰਦੇ ਪੁੱਛਦੀਆਂ ਵੋਟਾਂ ਪੱਕੀਆਂ ਨੇ, ਜਿੰਨੇ ਮਰਨਾ ਹੁੰਦਾ ਉਹ ਮਰ ਜਾਂਦਾ। ਸੈਂਟਰਲਾਈਜੇਸ਼ਨ ਆ ਵੋਟਾਂ ਦੀ ਘੱਟ ਗਿਣਤੀ ਹੁੰਦੀ ਨਿਸ਼ਾਨੇ ਤੇ, ਸਾਡੇ ਆਪਣੇ ਦੇਸ਼ 'ਚ ਵੀ ਏਦਾਂ ਹੀ ਆ, ਕੀ ਕਰੀਏ ਰੋਸ ਬਗਾਨੇ। ਬਾਈ ਇਹ ਕੋਈ ਬਾਹਲੀ ਵੱਡੀ ਗੱਲ ਹੈ ਆ, ਮਤਲਬ ਹਜੇ ਮਤਲਬ ਪੱਲੇ ਜੇ ਪਈ ਨਹੀਂ ਗੱਲ, ਕਿਉਂਕਿ ਐਂ ਨਹੀਂ ਪੈਂਦੀ ਹੈ ਨਾ, ਇੱਕ ਦੋ ਵਾਰੀ ਸੁਣੇ ਤੋਂ ਬਾਅਦ ਪਤਾ ਲੱਗੂਗਾ ਕੀ ਹਿਸਾਬ ਕਿਤਾਬ ਆ ਹੈ ਨਾ। ਪਰ ਆਹ ਟੱਪੇ 'ਚ ਮਤਲਬ ਕੁਛ ਖਾਸ ਗੱਲ ਹੈਗੀ, ਅਤੇ ਜਿਹਨੂੰ ਮਤਲਬ ਸਮਝ ਲੱਗੀ ਤਾਂ ਜ਼ਰੂਰ ਦੱਸਿਓ ਬਾਈ ਕਮੈਂਟਾਂ 'ਚ। ਗੱਲਾਂ ਦੇ ਵਿੱਚ ਬਿਨ ਸੋਚੇ ਮੁੰਡੇ ਉਹ ਨਹੀਂ ਅਸਲਾ ਚੁੱਕੀ ਦਾ, ਹੁਣ ਪਿੱਤਲ ਦਾ ਆ ਦੌਰ ਕੁੜੇ ਪਹਿਲਾਂ ਚੱਲਦਾ ਹੁੰਦਾ ਸੀ ਯੁੱਤੀ ਦਾ, ਹੁਣ ਪਿੱਤਲ ਦਾ ਆ ਦੌਰ ਕੁੜੇ ਪਹਿਲਾਂ ਚੱਲਦਾ ਹੁੰਦਾ ਸੀ। ਬਾਈ ਕਹਿੰਦਾ ਵੀ ਮਤਲਬ ਤੱਤੇ ਹੋ ਗਏ ਐਵੇਂ ਮੁੰਡੇ ਅਸਲਾ ਨਹੀਂ ਚੱਕੀ ਦਾ ਹੁੰਦਾ ਗਾ, ਅਤੇ ਮਤਲਬ ਇਹ ਘਰਾਂ ਦੇ ਘਰ ਤਬਾਹ ਹੋ ਜਾਂਦੇ ਹੈਗੇ, ਜਿਹਨੇ ਚਲਾਇਆ ਉਹ ਵੀ ਤਬਾਹ, ਜਿਹੜੇ ਜਿਹਦੇ 'ਤੇ ਚੱਲਿਆ ਉਹਦਾ ਤਬਾਹ ਹੈਗਾ ਹੀ ਹੈਗਾ। ਬਿਲਕੁਲ ਸਹੀ ਗੱਲ ਆ ਬਾਈ ਯਾਰ, ਬਹੁਤ ਸੋਹਣੀਆਂ ਗੱਲਾਂ ਸੀਗੀਆਂ ਯਾਰ ਗਾਣੇ ਦੇ ਵਿੱਚ, ਅਤੇ ਜਿਹੜਾ ਮਤਲਬ ਹੁੱਕ ਲਾਈਨ ਸੀਗੀ ਗਾਣੇ ਦੀ ਹੈ ਨਾ, ਉਹ ਵੀ ਬਹੁਤ ਜ਼ਿਆਦਾ ਘੈਂਟ ਸੀਗੀ। ਮਤਲਬ ਯਾਰ ਵੀ ਅੱਜ ਕੱਲ੍ਹ ਪਿੱਤਲ ਦਾ ਟਾਈਮ ਹੈਗਾ ਹੈ ਨਾ, ਪਹਿਲਾਂ ਜੁੱਤੀ ਦਾ ਹੁੰਦਾ ਸੀ, ਕਹਿੰਦੇ ਹੁੰਦੇ ਸੀ ਜਿਹਦੀ ਜੁੱਤੀ ਹੈਗੀ ਹੈ ਨਾ ਉਹਦਾ ਹੀ ਰਾਜ ਆ। ਅਤੇ ਪਰ ਬਾਈ ਅੱਜ ਕੱਲ੍ਹ ਥੋੜ੍ਹਾ ਜਿਹਾ ਟਾਈਮ ਬਦਲ ਚੁੱਕਿਆ ਹੈ ਨਾ, ਅਤੇ ਜਿਹੜੀ ਪਹਿਲੀ ਲਾਈਨ ਹੀ ਸੀ ਬਾਈ ਬਹੁਤ ਸੋਹਣੀ ਸੀਗੀ ਗਾਣੇ ਦੀ, ਵੀ ਜਿਹੜਾ ਮਤਲਬ ਇੱਕ 4 ਫੁੱਟ ਦਾ ਬੰਦਾ ਹੈ ਨਾ, ਉਹ ਵੀ ਜਾ ਕੇ 6-6.5 ਫੁੱਟ ਵਾਲੇ ਬੰਦੇ ਦੇ ਯਾਰ ਵਿੱਚ ਵੱਜਦਾ ਵੀ ਇੱਕ ਅਸਲੇ ਦੇ ਸਿਰ 'ਤੇ ਹੈ ਨਾ। ਅਤੇ ਮਤਲਬ ਯਾਰ ਯਾਰ ਆਪਾਂ ਇਹ ਨਹੀਂ ਕਹਿੰਦੇ ਕਿ ਮਤਲਬ ਆਪਾਂ ਬੋਡੀ ਸ਼ੇਮਿੰਗ ਲਈ ਨਹੀਂ ਕੁਛ ਕਹਿ ਰਹੇ, ਪਰ ਗੱਲ ਗੱਲ ਦੀ ਹੁੰਦੀ ਹੈ, ਚਲੋ ਜਿਗਰੇ ਦੀ ਵੀ ਗੱਲ ਹੁੰਦੀ ਹੈ ਮੰਨ ਜਾਂਦੇ ਹੈ ਨਾ, ਪਰ ਗੱਲ ਇਹ ਆ ਯਾਰ ਵੀ ਕਿੱਥੇ ਦਾ ਮੁਕਾਬਲਾ ਹੋਣਾ ਚਾਹੀਦਾ ਗਾ, ਬਰਾਬਰੀ ਦਾ ਹੈ ਨਾ। ਅਤੇ ਪਰ ਜਦੋਂ ਮਤਲਬ ਯਾਰ ਇੱਕ ਅਸਲਾ ਜਦੋਂ ਅਸਲੇ ਮੂਹਰੇ ਤਾਂ ਕਿਸੇ ਦੀ ਨਹੀਂ ਚੱਲਦੀ ਬਈ, ਠੀਕ ਆ, ਅਸਲਾ ਤਾਂ ਮਤਲਬ ਯਾਰ ਨਾ ਉਹ ਸੁਣਦਾ ਕਿਸੇ ਦੀ, ਨਾ ਉਹਨੇ ਐਂ ਦੇਖਣਾ ਵੀ ਇਹ ਵੱਡਾ ਜਾਂ ਛੋਟਾ ਹੈ ਨਾ, ਉਹਨੇ ਕੁਛ ਨਹੀਂ ਦੇਖਣਾ ਗਾ, ਅਤੇ ਬਸ ਉਹਨੇ ਤਾਂ ਜਿੱਧਰ ਨੂੰ ਚਲਾਤਾ ਬਸ ਉਹਨੇ ਚੱਲ ਜਾਣਾ ਹੈ ਨਾ, ਉਹਦਾ ਕੰਮ ਕਰ ਦੇਣਾ। ਸੀ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਗਈਆਂ ਯਾਰ, ਸਾਰਾ ਗਾਣਾ ਬਹੁਤ ਜ਼ਿਆਦਾ ਵਧੀਆ, ਲਿਰਿਕਸ ਯਾਰ ਬਾਹਲੇ ਜ਼ਿਆਦਾ ਸੋਹਣੇ ਸੀ ਯਾਰ, ਬਹੁਤ ਹੀ ਜ਼ਿਆਦਾ ਸੋਹਣੇ। ਧਰਮਣਾ ਯਾਰ ਬਹੁਤ ਵਧੀਆ ਲਿਖਣ ਲੱਗ ਗਏ ਯਾਰ ਮੁੰਡੇ, ਮਤਲਬ ਜਿੰਨੇ ਵੀ ਨਵੇਂ ਲਿਰਿਕਸ ਲਿਖਦੇ ਹੈਗੇ ਹੈ ਨਾ, ਬੰਦੇ ਬਹੁਤ ਸੋਹਣਾ ਲਿਖ ਰਹੇ ਹੈਗੇ। ਅਤੇ ਮਤਲਬ ਜੋ ਇਹੋ ਜਿਹੇ ਗਾਣੇ 'ਤੇ ਆਪਾਂ ਕਿਸੇ 'ਤੇ ਵੀ ਰਿਐਕਟ ਕਰਦੇ ਹਾਂ ਤਾਂ ਮਤਲਬ ਬਹੁਤ ਚੰਗਾ ਲੱਗਦਾ ਯਾਰ ਹੈ ਨਾ। ਮੈਨੂੰ ਥੋੜ੍ਹਾ ਜਿਹਾ ਪਰਸਨਲੀ ਵੀ ਮੈਨੂੰ ਯਾਰ ਲਿਰਿਕਸ 'ਚ ਜਿਹੜੇ ਗਾਣੇ ਦੇ ਦਮ ਹੁੰਦਾ ਹੈ ਨਾ, ਉਹ ਗਾਣੇ 'ਤੇ ਵੀਡੀਓ ਬਣਾਉਣ 'ਚ ਜ਼ਿਆਦਾ ਸਵਾਦ ਆਉਂਦਾ। ਅਤੇ ਬਾਕੀ ਬਾਈ ਬਹੁਤ ਘੈਂਟ ਸੀਗਾ ਗਾਣਾ ਯਾਰ, ਗਾਣੇ ਦੇ ਲਿਰਿਕਸ ਬਹੁਤ ਸੋਹਣੇ ਸੀਗੇ, ਸਿਰਾ ਸੀਗੇ ਜਮਾਂ, ਅਤੇ ਗਾਇਆ ਬਹੁਤ ਸੋਹਣਾ ਬੰਦੇ ਨੇ, ਕੰਪੋਜੀਸ਼ਨ ਸਿਰਾ ਸੀਗੀ, ਮਿਊਜ਼ਿਕ ਬਹੁਤ ਵਧੀਆ ਸੀਗਾ, ਅਤੇ ਸਾਰਾ ਕੁਛ ਘੈਂਟ ਸੀਗਾ ਬਾਈ। ਤੁਹਾਨੂੰ ਕਿਵੇਂ ਲੱਗਿਆ ਗਾਣਾ ਜ਼ਰੂਰ ਦੱਸਿਓ। ਅਤੇ ਬਾਕੀ ਬਾਈ ਯਾਰ ਹੇਟ ਨਾ ਫੈਲਾਇਓ ਐਵੇਂ, ਕੋਈ ਚੱਕਰ ਵਾਲੀ ਗੱਲ ਨਹੀਂ, ਹਰਿਆਣੇ ਵਾਲੇ ਵੀ ਭਾਈ ਆਪਣੇ, ਠੀਕ ਆ, ਅਤੇ ਸਾਰੇ ਭਾਈ ਆਪਣੇ। ਸੋ ਬਾਕੀ ਬਾਈ ਅਸੀਂ ਆਪਣੀ ਵੀਡੀਓ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਨਾਲ ਲੱਗਿਆ ਘੰਟੀ ਦਾ ਬਟਨ ਦੱਬ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਥੈਂਕਸ ਫੋਰ ਵਾਚਿੰਗ ਗਾਇਸ।